ਜੇਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੋਂ ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾ ਹਲੇ ਵੀ ਉਸ ਮੂਵੀ ਦੇ ਮਾਹੌਲ 'ਚ ਹੈਗੇ ਹਾਂ ਇੰਨਾ ਰੋਈਆਂ ਇੰਨਾ ਇਮੋਸ਼ਨਲ ਫੀਲ ਕੀਤਾ ਨੀਰੂ ਹੋਣਾ ਦੀ ਇਹ ਫਿਲਮ ਦੇ ਵਿੱਚ ਮੈਂ ਜਿਹੜੀ ਪਰਫਾਰਮੈਂਸ ਵੇਖੀ ਹੈ ਉਹ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਹੈ ਸਰਤਾਜ ਹੋਰਾਂ ਨੇ ਬਹੁਤ ਬਾਕਮਾਲ ਦਾ ਕੰਮ ਕੀਤਾ ਇਹ 'ਚ ਕੰਮ ਨਹੀਂ ਮਤਲਬ ਕਿ ਮੈਂ ਇਹ ਨਹੀਂ ਕਹੂੰਗੀ ਐਕਟ ਕੀਤਾ ਉਹਨਾਂ ਨੇ ਹੰਢਾਇਆ ਹੈ ਆਸ਼ਕਾ ਨੂੰ ਮੁਖਾ ਨਹੀਂ ਕਰੀਦਾ ਉਹ ਤਾਂ ਪਹਿਲੇ ਪਾਗਲ ਹੁੰਦੇ ਆ ਬੋਲ ਪਗਾਉਣ ਲਈ ਤਾਂ ਉਹ ਪਹਾੜਾਂ ਨਾਲ ਮੱਥਾ ਲਾ ਲੈਂਦੇ ਆ ਦਰਿਆ ਟੱਪ ਜਾਂਦੇ ਆ ਅਤੇ ਜਦੋਂ ਪਤਾ ਲੱਗੇ ਸਭ ਮਜ਼ਾਕ ਆ ਤਾਂ ਦਿਲ ਛੱਡ ਜਾਂਦੇ ਆ ਮੈਨੂੰ ਇਸ ਚੀਜ਼ ਦਾ ਮਾਣ ਹੋ ਰਿਹਾ ਕਿ ਸਾਡਾ ਪੰਜਾਬੀ ਸਿਨੇਮਾ ਹੁਣ ਬੇਬੀ ਨਹੀਂ ਰਿਹਾ ਮਤਲਬ ਕਿ ਜਵਾਨ ਹੋ ਗਿਆ ਸਾਡੇ ਪੰਜਾਬੀਆਂ ਦੇ ਕੋਲ ਆਹ ਫਿਲਮ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਮਿਆਰ ਹੈ ਬਹੁਤ ਉੱਪਰ ਚਲੇ ਜਾਏਗਾ ਸਰਤਾਜ ਨੂੰ ਕੁਝ ਕਹਿਣਾ ਚਾਹੁੰਦੇ ਹੋ ਬਾਈ ਜੀ ਆਈ ਲਵ ਯੂ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ PTC ਨਿਊਜ਼ ਅਤੇ ਮੈਂ ਹਾਂ ਤੁਹਾਡੇ ਨਾਲ ਲਾਡੀ ਲਵੀ ਸਿਨੇਮਾ ਘਰਾਂ ਦੇ ਵਿੱਚ ਰੌਣਕਾਂ ਲੱਗ ਚੁੱਕੀਆਂ ਨੇ ਅਤੇ ਰੌਣਕਾਂ ਲਾਈਆਂ ਨੇ ਜੀ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਸ਼ਾਇਰ ਨੇ ਅੱਜ ਅਸੀਂ ਆਏ ਹਾਂ ਸ਼ਾਇਰ ਫਿਲਮ ਦੀ ਸਕਰੀਨਿੰਗ 'ਤੇ ਮੂਵੀ ਦੀ ਸਟਾਰਕਾਸਟ ਆਈ ਹੋਈ ਆ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਅਤੇ ਦਰਸ਼ਕਾਂ ਨੂੰ ਪੁੱਛਾਂਗੇ ਲੋਕਾਂ ਨੂੰ ਪੁੱਛਾਂਗੇ ਜੋ ਮੂਵੀ ਦੇਖਣ ਆਏ ਨੇ ਉਹਨਾਂ ਨੂੰ ਮੂਵੀ ਕਿਵੇਂ ਲੱਗੀ ਜੈਸਮੀਨ ਜੀ ਤੁਸੀਂ ਮੂਵੀ ਦੇਖ ਕੇ ਆਏ ਹੋ ਅਤੇ ਕਿਵੇਂ ਲੱਗੀ ਮੈਂ ਹਲੇ ਵੀ ਉਸ ਮੂਵੀ ਦੇ ਮਾਹੌਲ 'ਚ ਹੈਗੇ ਹਾਂ ਇੰਨਾ ਰੋਈ ਹਾਂ ਇੰਨਾ ਇਮੋਸ਼ਨਲ ਫੀਲ ਕੀਤਾ ਜਿਹੜਾ ਮੈਨੂੰ ਲੱਗਦਾ ਇਹ ਮੂਵੀ ਮੈਂ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਘਰੇ ਤਾਂ ਜੇ ਕਦੇ ਮੌਕਾ ਮਿਲੇ ਸਰਤਾਜ ਸਾਹਿਬ ਨਾਲ ਕੰਮ ਕਰਨ ਮੈਂ ਕਹਿ ਰਹੀ ਹਾਂ ਕਿ ਤੁਸੀਂ ਬਸ ਮੈਨੂੰ ਕਾਲ ਆ ਜੇ ਇਹ ਮੇਰੀ ਸਭ ਤੋਂ ਵੱਡੀ ਮੈਨੀਫੈਸਟੇਸ਼ਨ ਹੋਣ ਵਾਲੀ ਹੈ ਨੈਕਸਟ ਜਿਹੜਾ ਇੱਕ ਹੈ ਇੱਕ ਮੇਰੀ ਮੈਨੀਫੈਸਟੇਸ਼ਨ ਸੀਗੀ ਨੀਰੂ ਮੈਮ ਨਾਲ ਕੰਮ ਕਰਨ ਦੀ ਉਹ ਛੇਤੀ ਪੂਰੀ ਹੋ ਗਈ ਅਤੇ ਹੁਣ ਅਸੀਂ ਛੇਤੀ ਆ ਰਹੇ ਹਾਂ ਨਾਲ ਦੇ ਨਾਲ ਹੀ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਆਪਣੇ ਡ੍ਰੀਮ ਨੂੰ ਇੰਨਾ ਉਹਨੂੰ ਇੰਨੀ ਮਿਹਨਤ ਨਾਲ ਜੀ ਸਕਾਂ ਕਿ ਮੈਂ ਸਤਿੰਦਰ ਸਰਤਾਜ ਸਰ ਦੇ ਕਿਤੇ ਨਾ ਕਿਤੇ ਉਹਨਾਂ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲ ਜਾਵੇ ਕੰਟੈਂਟ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾ ਰਿਹਾ ਹੈ ਹੁਣ ਲੋਕ ਦੇਖਦੇ ਆ ਕਿ ਕਿੰਨਾ ਸੋਹਣੀ ਅਦਾਕਾਰੀ ਅਤੇ ਕਿੰਨਾ ਸੋਹਣੀ ਸਟੋਰੀ ਤੁਸੀਂ ਲੈ ਕੇ ਆ ਰਹੇ ਹੋ ਕੰਸੈਪਟ ਕੀ ਆ ਸਿਰਫ ਹਾਸੇ ਦਾ ਮਾਹੌਲ ਮੈਨੂੰ ਲੱਗਦਾ ਨਹੀਂ ਹੁਣ ਰਹਿ ਗਿਆ ਲੋਕਾਂ ਨੂੰ ਮਿਹਨਤ ਵੀ ਦਿਸਦੀ ਹੈ ਦੋ ਲਫ਼ਜ਼ਾਂ 'ਚ ਬਿਆਨ ਕਰਨਾ ਹੋਵੇ ਮੂਵੀ ਨੂੰ ਰੂਹਾਨੀਅਤ ਸੱਚੀ ਸੱਚੀ ਮੁਹੱਬਤ ਸੱਚੀ ਰੂਹਾਨੀਅਤ ਤੁਹਾਡੀ ਅੱਖਾਂ 'ਚ ਵੀ ਦਿਖਦਾ ਪਿਆ ਜੀ ਉਸ ਟਾਈਮ ਕਿ ਇਮੋਸ਼ਨਲੀ ਕੁਝ ਜ਼ਿਆਦਾ ਹੀ ਇਹਦੀ ਫਿਲਮ ਇੱਦਾਂ ਦੀ ਸੀਗੀ ਸਰਤਾਜ ਨੂੰ ਕੀ ਕਹਿਣਾ ਚਾਹੁੰਦੇ ਸਰਤਾਜ ਦਾ ਕਮਾਲ ਆ ਕਮਾਲ ਦਾ ਸ਼ਾਇਰ ਆ ਉਹਦੀ ਸ਼ਾਇਰੀ ਨਾ ਰੂਹ 'ਚੋਂ ਨਿਕਲਦੀ ਆ ਕੁਛ ਲੋਕ ਹੁੰਦੇ ਨੇ ਨਾ ਵੀ ਉਹਦੀ ਸਟੋਰੀ ਦੇਖ ਲਿਆ ਦੇਖ ਲਿਆ ਮਾਹੌਲ ਚੱਲਦਾ ਟ੍ਰੈਂਡ ਕੀ ਚੱਲਦਾ ਉਹਦੇ 'ਤੇ ਲਿਖੀ ਜਾਂਦੇ ਨੇ ਹੁਣ ਸਮਾਂ ਕਿੱਦਾਂ ਹੋ ਗਿਆ ਚੱਲ ਕੁਛ ਲੋਕ ਹੁੰਦੇ ਨਾ ਸਮਾਂ ਆਈ ਜਾਵੇ ਜਾਈ ਜਾਵੇ ਉਹਨਾਂ ਨੂੰ ਕੁਛ ਨਹੀਂ ਲੈਣਾ ਦੇਣਾ ਉਹ ਇੱਥੋਂ ਹੀ ਬੋਲਦੇ ਨੇ ਰੂਹ ਤੋਂ ਬੋਲਦੇ ਆ ਹੈ ਨਾ ਦੁਨੀਆ ਜਿਹੜੀ ਮਰਜ਼ੀ ਆਈ ਜਾਵੇ ਉਹਨਾਂ ਨੂੰ ਕੋਈ ਯੁੱਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਰੂਹ ਤਾਂ ਉੱਥੇ ਟਿੱਕੀ ਹੋਈ ਨਾ ਸੱਚੀ ਰੂਹ ਆ ਤਾਂ ਰੂਹ ਦੇ ਵਿੱਚੋਂ ਹੀ ਉੱਕਰਦਾ ਹੈ ਜੋ ਸੱਚਾਈ ਆ ਜੋ ਸਥਾਈ ਆ ਜੋ ਸਦਾ ਰਹਿਣ ਵਾਲੀ ਆ ਨਾ ਸੱਚੇ ਆਸ਼ਕ ਅੱਛੇ ਸੱਚੇ ਸ਼ਾਇਰ ਜਿਨ੍ਹਾਂ ਨੂੰ ਇਲਹਾਮ ਹੁੰਦਾ ਹੈ ਪਰਮਾਤਮਾ ਵੱਲੋਂ ਵੀ ਤਵਾਹ ਲਿਖ ਉਹ ਰੂਹ ਤੋਂ ਬੋਲਦੇ ਆ ਅਤੇ ਸਰਤਾਜ ਹੋਰਾਂ ਨੇ ਬਹੁਤ ਬਾਕਮਾਲ ਦਾ ਕੰਮ ਕੀਤਾ ਇਹ 'ਚ ਕੰਮ ਨਹੀਂ ਮਤਲਬ ਕਿ ਮੈਂ ਇਹ ਨਹੀਂ ਕਹੂੰਗੀ ਐਕਟ ਕੀਤਾ ਉਹਨਾਂ ਨੇ ਹੰਢਾਇਆ ਹੈ ਕਿਉਂਕਿ ਉਹਨਾਂ ਦੇ ਅੰਦਰੋਂ ਨਿਕਲਿਆ ਨਾ ਇਹ ਉਹਨਾਂ ਦੀ ਸ਼ਾਇਰੀ ਉਹਨਾਂ ਦੇ ਕਰੈਕਟਰ ਜਿਹੜਾ ਸੀ ਉਹਨਾਂ ਦੇ ਅੰਦਰੋਂ ਨਿਕਲਿਆ ਸੋ ਇਹਨਾਂ ਦੋਨਾਂ ਆਰਟ ਸਾਰੇ ਆਰਟਿਸਟਾਂ ਨੇ ਜਿਨ੍ਹਾਂ ਨੇ ਵੀ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਆਪਣੇ ਨਾਲ ਨੇ ਪੰਜਾਬੀ ਅਦਾਕਾਰ ਅੰਮ੍ਰਿਤ ਅੰਬੀ ਜੀ ਅੰਬੀ ਸਾਹਿਬ ਤੁਸੀਂ ਮੂਵੀ ਦੇਖਿਆ ਕਿਵੇਂ ਲੱਗੀ ਬਹੁਤ ਘੈਂਟ ਜੀ ਅਤੇ ਮੈਨੂੰ ਇਸ ਚੀਜ਼ ਦਾ ਮਾਣ ਹੋ ਰਿਹਾ ਕਿ ਸਾਡਾ ਪੰਜਾਬੀ ਸਿਨੇਮਾ ਹੁਣ ਬੇਬੀ ਨਹੀਂ ਰਿਹਾ ਮਤਲਬ ਵੀ ਜਵਾਨ ਹੋ ਗਿਆ ਬਹੁਤ ਖੁਸ਼ੀ ਹੈ ਇੱਦਾਂ ਦੇ ਕੰਸੈਪਟ 'ਤੇ ਜਿਹੜੀ BGM ਡਾਇਰੈਕਸ਼ਨ ਪੱਖੋਂ ਰਾਈਟਿੰਗ ਪੱਖੋਂ ਮਤਲਬ ਕੋਈ ਐਸਾ ਪੱਖ ਹੈ ਹੀ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਕੋਈ ਡਾਊਨ ਹੋਵੇ
ਹਰ ਚੀਜ਼ ਅਪ ਹੈ, ਹਰ ਚੀਜ਼ ਸਰਪ੍ਰਾਈਜ਼ਿੰਗ। ਮੈਨੂੰ ਸਭ ਤੋਂ ਇੱਕ ਗੁੱਡ ਪਾਰਟ ਲੱਗਿਆ ਜਦੋਂ ਦੇਬੀ ਭਾਅ ਜੀ ਇਸ ਮੂਵੀ ਦਾ ਹਿੱਸਾ ਨੇ, ਕਿਉਂਕਿ ਮੈਨੂੰ ਲੱਗਦਾ ਉਹਨਾਂ ਤੋਂ ਬਿਨਾਂ ਅਧੂਰੀ ਸੀ, ਕਿਉਂਕਿ ਉਹ ਤਾਂ ਪੰਜਾਬ ਦੀ ਰੂਹ ਨੇ ਸ਼ਾਇਰੀ ਦੇ ਮਾਮਲੇ 'ਚ, ਨਾਮ ਹੀ ਸ਼ਾਇਰੀ ਹੈ ਅਤੇ ਉਹ ਖੁਦ ਸ਼ਾਇਰ ਨੇ। ਹਾਂ, ਮਤਲਬ ਜਦੋਂ ਉਹ ਆਏ, ਮਤਲਬ ਮੇਰੀ ਆਟੋਮੈਟਿਕਲੀ ਘੂਕ ਜੀ ਨਿਕਲ ਗਈ, ਕਿਉਂਕਿ ਮੈਂ ਉਹਨਾਂ ਨੂੰ ਬਚਪਨ ਤੋਂ ਸੁਣਦਾ ਆ ਰਿਹਾ, ਅਤੇ ਉਹ ਮੈਨੂੰ ਲੱਗਦਾ ਫਿਲਮ ਅਧੂਰੀ ਹੋਣੀ ਸੀ ਉਹਨਾਂ ਬਿਨਾਂ। ਬਹੁਤ ਘੈਂਟ, ਬਹੁਤ ਜ਼ਿਆਦਾ ਘੈਂਟ। ਸਰਤਾਜ ਸਰ ਦੇ ਹੋ, ਮਤਲਬ ਲੋਕ ਉਹਨਾਂ ਦੀ ਗਾਇਕੀ ਨੂੰ ਬੜਾ ਪਿਆਰ ਦਿੰਦੇ ਨੇ, ਅਤੇ ਉਹਨਾਂ ਦੀ ਅਦਾਕਾਰੀ ਤੁਹਾਨੂੰ ਕਿਵੇਂ ਲੱਗੀ? ਬਾ ਕਮਾਲ ਹੈ, ਕਿਉਂਕਿ ਉਹ ਖੁਦ ਉਸ ਚੀਜ਼ ਦੇ ਲਾਈ, ਉਹ ਸ਼ਾਇਰ ਨੇ, ਤਾਂ ਉਹਨਾਂ ਲਈ ਇਹ ਚੀਜ਼ ਬਹੁਤ ਘੈਂਟ। ਮਤਲਬ ਵੀ ਉਹਨਾਂ ਨੇ ਜੋ ਪਰਫੋਰਮ ਕੀਤਾ, ਜਾਂ ਉਹਨਾਂ ਦੀਆਂ ਅੱਖਾਂ ਜਾਂ ਉਹਨਾਂ ਦੀ ਬੋਡੀ ਲੈਂਗੁਏਜ, ਉਹ ਮੈਂ ਅਸੀਂ ਫੀਲ ਕਰ ਰਹੇ ਸੀ, ਬਹੁਤ 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 ਨਜ਼ਾਰਾ ਆਇਆ। ਆਪਣੀ ਮੂਵੀ ਦੇਖ ਕੇ ਕਿਵੇਂ ਦਾ ਸਕੂਨ ਆ ਜੀ? ਕਈ ਮਹੀਨਿਆਂ ਦੀ ਮਿਹਨਤ ਦੇਖੀ? ਨਹੀਂ ਨਹੀਂ, ਇਹ ਫਿਲਮ ਹੈ ਜਿਹੜੀ, ਇਹ ਫਿਲਮ ਦੇ ਰਾਈਟਰ ਦੀ, ਡਾਇਰੈਕਟਰ ਦੀ, ਅਤੇ ਜਿਹੜੇ ਦੇ ਪਰਫੋਰਮਰ ਨੇ, ਬੈਸਟ ਪਰਫੋਰਮਰ ਨੀਰੂ ਬਾਜਵਾ ਜੀ, ਸਤਿੰਦਰ ਸਰਤਾਜ, ਉਹਨਾਂ ਦੀ ਐਕਟਿੰਗ ਅਤੇ ਸ਼ਾਇਰੀ ਦਾ ਜਿਹੜਾ ਸਾਰੀਆਂ ਚੀਜ਼ਾਂ ਦਾ ਕੋਂਬੀਨੇਸ਼ਨ ਸੀਗਾ, ਉਹ ਬਾਕਮਾਲ ਹੈ। ਮੈਂ ਵੀ ਦਰਸ਼ਕਾਂ ਵਾਂਗੂ ਫਿਲਮ ਵੇਖੀ ਹੈ, ਅਤੇ ਤੁਸੀਂ ਵੀ ਸਾਰੇ ਜਦੋਂ ਵੇਖ ਕੇ ਆਓਗੇ 19 ਤਰੀਕ ਨੂੰ ਇਹ ਫਿਲਮ ਲੱਗਣੀ ਹੈ ਪਰਸੋਂ ਤੋਂ, ਅਤੇ ਤੁਹਾਨੂੰ ਆਨੰਦ ਆਊਗਾ ਇਹ ਫਿਲਮ। ਤੁਹਾਨੂੰ ਅੱਜ ਤੱਕ ਨਾ ਲੋਕ ਇੱਕ ਰਾਈਟਰ ਤੌਰ 'ਤੇ ਜਾਂ ਇੱਕ ਹੈ ਨਾ, ਮਤਲਬ ਕੋਰੋਗ੍ਰਾਫਰ ਦੇ ਤੌਰ 'ਤੇ ਜਾਣਦੇ ਸੀ, ਪਰ ਕੋਈ ਜਾਣਦਾ ਸੀ ਕਿ ਤੁਹਾਨੂੰ ਆਪਣੇ ਆਪ ਨੂੰ ਪਹਿਲਾਂ ਪਤਾ ਸੀ ਕਿ ਮੈਂ ਸਕਰੀਨ ਦੇ ਉੱਤੇ ਇੰਨਾ ਇਮੋਸ਼ਨਲ ਲੋਕਾਂ ਨੂੰ ਦਿਖਾਉਣਾ ਆਪਣੇ ਆਪ ਨੂੰ? ਨਹੀਂ, ਮੈਨੂੰ ਨਹੀਂ ਪਤਾ ਸੀਗਾ, ਮੈਨੂੰ ਤਾਂ ਇਹ ਐਕਸਪੀਰੀਅੰਸ ਕਰਕੇ ਵਧੀਆ ਲੱਗਿਆ, ਸੋ ਕੰਮ ਕਰਕੇ ਚੰਗਾ ਲੱਗਿਆ, ਅਤੇ ਸਕਰੀਨ 'ਤੇ ਦੇਖ ਕੇ ਵੀ ਚੰਗਾ ਲੱਗਿਆ। ਸਰਤਾਜ ਅਤੇ ਨੀਰੂ ਬਾਜਵਾਈ ਨਾਲ ਕੰਮ ਕਰਕੇ ਕਮਾਲ, ਕਮਾਲ, ਕਮਾਲ। ਨੀਰੂ ਹੋਣਾ ਦੀ ਇਹ ਫਿਲਮ ਦੇ ਵਿੱਚ ਮੈਂ ਜਿਹੜੀ ਪਰਫੋਰਮੈਂਸ ਵੇਖੀ ਹੈ, ਉਹ ਹੁਣ ਤੱਕ ਦੀ ਬੈਸਟ ਪਰਫੋਰਮੈਂਸ ਹੈ, ਅਤੇ ਸਰਤਾਜ ਹੋਣਾ ਦੀ ਸ਼ਾਇਰੀ ਅਤੇ ਉਹਨਾਂ ਦੀ ਜਿਹੜੀ ਐਕਟਿੰਗ ਵਾਲੀ ਪਰਫੋਰਮੈਂਸ ਆ, ਉਹ ਸਿਰਾ, ਅਤੇ ਤੁਸੀਂ ਸਾਰੇ ਦੇਖਿਓ, ਤੁਹਾਨੂੰ ਇਹ ਫਿਲਮ ਦੇਖ ਕੇ ਆਨੰਦ ਆਊਗਾ, ਬਹੁਤ ਵਧੀਆ ਲੱਗਾ। ਤਰੰਗ ਜੀ, ਤੁਸੀਂ ਮੂਵੀ ਦੇਖਣ ਆਏ, ਤੁਹਾਨੂੰ ਕਿਵੇਂ ਲੱਗਾ? ਐਕਟਿੰਗ ਤਾਂ ਬਾਕਮਾਲ ਹੈ ਬਾਕੀ ਸਭ ਦੀ, ਅਤੇ ਸਰਤਾਜ ਭਾਅ ਜੀ ਅਤੇ ਨੀਰੂ ਜੀ ਦੀ ਜੋੜੀ ਔਨ ਸਕਰੀਨ ਇਜ਼ ਫੈਂਟੈਸਟਿਕ, ਇਜ਼ ਔਸਮ। ਜੀ ਬਿਲਕੁਲ, ਮੈਂ ਬਸ ਫਿਲਮ ਵਿੱਚ ਹੀ ਉਹਦਾ ਉਸਤਾਦ ਹਾਂ, ਵੈਸੇ ਤਾਂ ਸਰਤਾਜ ਆਪ ਉਸਤਾਦ ਹੈ, ਅਤੇ ਪਰ ਬੜਾ ਖੂਬਸੂਰਤ ਪਲ ਸੀ ਕਿ ਸਰਤਾਜ ਇੰਨਾ ਗੁੱਡ ਹਿਊਮਨ ਬੀਂਗ ਹੈ, ਇੰਨਾ ਡਾਊਨ ਟੂ ਅਰਥ ਹੈ, ਕਿ ਉਹ ਜਦੋਂ ਸੈੱਟ 'ਤੇ ਆਉਂਦਾ ਸੀਗਾ ਆਪਣੇ ਸੀਨ ਵਾਸਤੇ ਮੇਰੇ ਕੋਲ, ਹਮੇਸ਼ਾ ਸ਼ਾਗਿਰਦ ਬਣ ਕੇ ਹੀ ਆਇਆ, ਆਉਂਦਿਆਂ ਹੀ ਉਹਨੇ ਗੁੱਡੇ ਹੱਥ ਲਾਉਣਾ ਉਸਤਾਦ ਜੀ ਇਹ ਕਹਿ ਕੇ, ਔਰ ਬਿਲਕੁਲ ਉਹਨੇ ਇੱਦਾਂ ਹੀ ਬਿਹੇਵ ਕੀਤਾ ਕਿ ਉਹਨੂੰ ਕੁਝ ਨਹੀਂ ਆਉਂਦਾ। ਸੋ ਇਹ ਬੜੀ ਸੋਹਣੀ ਗੱਲ ਸੀ ਸਰਤਾਜ ਦੀ, ਔਰ ਉਹਨੇ ਉਹ ਨਿਭਾਇਆ ਵੀ ਹੈ, ਔਰ ਮੇਰਾ ਖਿਆਲ ਹੈ ਕਿ ਇਹ ਫਿਲਮ ਜਿਹੜੀ ਹੈ, ਇਹ ਪੂਰੀ ਇੱਕ ਮਿਊਜ਼ੀਕਲ ਜਰਨੀ ਹੈ, ਪੂਰੀ ਇੱਕ ਲਿਟਰੇਰੀ ਫਿਲਮ ਹੈ, ਔਰ ਇਹੋ ਜਿਹੀ ਲਿਟਰੇਰੀ ਫਿਲਮ ਬਣਨੀ, ਇਹੋ ਜਿਹੀ ਮਿਊਜ਼ੀਕਲ ਜਰਨੀ ਵਾਲੀ ਫਿਲਮ ਬਣਨੀ ਸਾਡੇ ਪੰਜਾਬੀਆਂ ਲਈ ਮਾਣ ਕਰਨ ਵਾਲੀ ਗੱਲ ਹੈ। ਸਾਡੇ ਪੰਜਾਬੀਆਂ ਦੇ ਕੋਲ ਆਹ ਫਿਲਮ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਮਿਆਰ ਹੈ, ਬਹੁਤ ਉੱਪਰ ਚਲੇ ਜਾਏਗਾ, ਇੱਕਦਮ ਟੌਪ 'ਤੇ ਚਲੇ ਜਾਏਗਾ, ਇਹ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ। ਔਰ ਫਿਲਮ ਵੇਖ ਕੇ ਤਾਂ ਬਹੁਤ ਮਾਣ ਮਹਿਸੂਸ ਹੋ ਰਿਹਾ, ਜਿਸ ਤਰ੍ਹਾਂ ਦੀ ਨੀਰੂ ਨੇ ਅਦਾਕਾਰੀ ਕੀਤੀ ਹੈ, ਸਰਤਾਜ ਨੇ ਕੀਤੀ ਹੈ, ਯੋਗਰਾਜ ਜੀ ਨੇ ਅਦਾਕਾਰੀ ਕੀਤੀ, ਔਰ ਉਦੇ ਪ੍ਰਤਾਪ ਦਾ ਜਿੱਦਾਂ ਦਾ ਕੰਮ ਸੀਗਾ, ਔਰ ਇਹ ਬਹੁਤ ਖੂਬਸੂਰਤ ਉਦੇ ਪ੍ਰਤਾਪ ਨੇ ਕੰਮ ਕੀਤਾ ਆ, ਕੈਮਰਾ, ਯਾਨੀ ਟੋਟਲ ਹੋਲ ਟੀਮ ਇੰਨੀ ਉੱਥੇ ਵੀ ਪੂਰੇ ਜਦੋਂ ਚੱਲ ਰਹੀ ਸੀ ਸ਼ੂਟਿੰਗ, ਇੰਨਾ ਖੂਬਸੂਰਤ ਮਾਹੌਲ ਸੀਗਾ ਕਿ ਉਹਦੇ ਵੇਲੇ ਕਹਿ ਲਓ ਕਿ ਉਹ ਸੋਹਣੇ ਪਲ ਸੀਗੇ, ਅਸੀਂ ਇੰਜੋਏ ਕੀਤੇ। ਪਰ ਮੂਵੀ ਨੂੰ ਚਾਰ ਚੰਨ ਲਾਉਣ ਵਾਲੇ ਸਾਨੂੰ ਮਿਲ ਗਏ ਨੇ। ਕਰੀਏ ਇਸ਼ਕ ਇਬਾਦਤ, ਕਰੀਏ ਸੱਚੀਆਂ ਰੂਹਾਂ ਤੋਂ, ਜੇਕਰ ਕਰੀਏ ਇਸ਼ਕ ਇਬਾਦਤ, ਕਰੀਏ ਸੱਚੀਆਂ ਰੂਹਾਂ ਤੋਂ, ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾਂ ਤੋਂ, ਜੇਕਰ ਕਰੀਏ ਇਸ਼ਕ ਇਬਾਦਤ, ਕਰੀਏ ਸੱਚੀਆਂ ਰੂਹਾਂ ਤੋਂ, ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾਂ ਤੋਂ।
ਤੁਹਾਡੇ ਕਈ ਮਹੀਨਿਆਂ ਦੀ ਮਿਹਨਤ ਤੁਸੀਂ ਅੱਜ ਆਪ ਆਪਦੇ ਅੱਖੀ ਦੇਖ ਕੇ ਆਏ ਹੋ, ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ਜੀ, ਅਤੇ ਸੋਚਦੇ ਹੁੰਦੇ ਸੀ ਵੀ ਕਿੱਦਾਂ ਲੱਗਾਂਗੇ, ਕਿੱਦਾਂ ਦਾ ਕੰਮ ਕੀਤਾ ਗਾ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਇਸ ਚੀਜ਼ ਦੇ, ਮਤਲਬ ਇੰਨੀ ਛੇਤੀ ਸੋਚਿਆ ਹੁੰਦਾ ਸੀ ਕਿ ਯਾਰ ਕਦੇ ਇੱਦਾਂ ਹੁੰਦਾ ਵੀ ਰੱਬ ਸਾਰਿਆਂ ਦੀ ਸੁਣ ਲੈਂਦਾ ਗਾ, ਸਾਰਿਆਂ ਦੀ ਸੁਣ ਲੈਂਦਾ ਹੈ ਨਾ, ਵੀ ਕ੍ਰਿਸ਼ਮੇ ਜਿਹਨੂੰ ਕਹਿੰਦੇ ਹਾਂ, ਅਤੇ ਮੈਨੂੰ ਇਹਦਾ ਲੱਗਦਾ ਕਿ ਸਾਡੇ ਨਾਲ ਕ੍ਰਿਸ਼ਮਾ ਹੀ ਹੋਇਆ। ਕਦੇ ਦੇਖਿਆ ਸੀ ਸੁਪਨਾ, ਕਦੇ ਸੋਚਿਆ ਹੋਵੇ ਕਿ ਸਰਤਾਜ ਜੀ ਨਾਲ ਕੰਮ ਕਰਨ ਦਾ ਮੌਕਾ? ਬਸ ਇਹ ਉਹੀ ਗੱਲ ਹੈ ਨਾ ਵੀ ਕ੍ਰਿਸ਼ਮਾ ਕਹਿੰਦਾ ਯਾਰ ਉਹ ਬੰਦੇ ਦਾ ਇੱਦਾਂ ਹੋਇਆ, ਰਾਤ ਨੂੰ ਇੱਦਾਂ, ਇਹ ਕ੍ਰਿਸ਼ਮਾ ਹੋਇਆ। ਸਰਤਾਜ ਬਾਈ ਜੀ ਬੜੇ ਦਰਵੇਸ਼ ਬੰਦੇ ਆ, ਉਹਨਾਂ ਨਾਲ ਕੰਮ ਕਰਕੇ, ਉਹਨਾਂ ਨਾਲ ਗਾ ਕੇ, ਉਹਨਾਂ ਦੇ ਬਰਾਬਰ ਬੈਠ ਕੇ। ਇੱਕ ਸੈੱਟ 'ਤੇ ਸ਼ੂਟ ਚੱਲ ਰਿਹਾ ਸੀਗਾ ਅਤੇ ਮੈਂ ਉੱਥੇ ਫੋਨ ਤਾਂ ਜਾਣਾ ਨਹੀਂ ਸੀਗਾ, ਮੈਂ ਕੀ ਕੀਤਾ ਚੋਰੀ ਫੋਨ ਕਰਕੇ ਨਾ ਆਪਦੀ ਵਾਈਫ ਨੂੰ ਫੋਨ ਲਾ ਲਿਆ ਅਤੇ ਇੱਦਾਂ ਇੱਦਾਂ ਕਰਕੇ ਦਿਖਾਉਣ ਲੱਗੇ ਬਾਈ ਜੀ ਬੈਠੇ। ਬਾਈ ਜੀ ਇੰਨੇ ਅੱਛੇ ਇਨਸਾਨ ਨੇ, ਉਹਨਾਂ ਨੇ ਫੋਨ ਫੜਿਆ, ਕਹਿੰਦੇ ਯਾਰ ਮੈਨੂੰ ਫੋਨ ਫੜਾ। ਮੇਰੇ ਬੱਚਿਆਂ ਨਾਲ, ਮੇਰੀ ਵਾਈਫ ਨਾਲ, ਸਾਰਿਆਂ ਨਾਲ ਗੱਲ ਕੀਤੀ ਔਰ ਇੰਨਾ ਪਿਆਰ ਦਿੱਤਾ। ਉਹ ਜਿੰਨੀਆਂ ਉਹਦੇ ਵਿੱਚ ਮੈਂ ਕੰਪੋਜੀਸ਼ਨ ਬਣਾਈਆਂ ਨੇ ਜਿਹੜੀਆਂ ਚੱਲਦੀਆਂ ਥਾਂ ਥਾਂ 'ਤੇ, ਥਾਂ ਥਾਂ 'ਤੇ ਚੱਲਦੀਆਂ ਨੇ, ਉਹਦੇ ਉਹਨਾਂ ਵਿੱਚ ਇੱਕ ਕੰਪੋਜੀਸ਼ਨ ਐਸੀ ਆ ਸੱਜਣਾ ਦਾ ਸਹਾਰਾ ਹੈ, ਉਹ ਮੈਂ ਬਣਾਈ ਅਤੇ ਮੈਂ ਅਤੇ ਅਸੀਂ ਸਾਰਿਆਂ ਨੇ ਅਤੇ ਬਾਈ ਜੀ ਨੇ। ਸੱਜਣਾ ਦਾ ਸਹਾਰਾ ਏ, ਸੱਜਣਾ ਦਾ ਸਹਾਰਾ ਏ, ਸੱਜਣਾ ਦਾ ਸਹਾਰਾ ਏ, ਸੱਜਣਾ ਦਾ ਸਹਾਰਾ ਏ, ਵੇ ਛੇਤੀ ਆ ਕੇ ਮਿਲ ਸੱਜਣਾ, ਹਾਏ ਛੇਤੀ ਆ ਕੇ ਮਿਲ ਸੱਜਣਾ, ਤੇਰੇ ਬਿਨ ਨਾ ਗੁਜ਼ਾਰਾ ਏ, ਤੇਰੇ ਬਿਨ ਨਾ ਗੁਜ਼ਾਰਾ ਏ। ਹਾਂ ਪਹਿਲਾਂ ਤੇਰੇ ਨੈਣ ਮੈਂ ਦੇਖੇ, ਫਿਰ ਦੇਖਿਆ ਤੈਨੂੰ ਨੀ, ਛੇਤੀ ਆ ਕੇ ਮਿਲ ਜਾ ਬੀਬਾ, ਮਿਲ ਜਾ ਕੇ ਮੈਨੂੰ ਨੀ, ਕਿ ਵਸੋਂ ਵਾਰੀ ਦਿਲ ਹੋ ਗਿਆ, ਹਾਏ ਵਸੋਂ ਵਾਰੀ ਦਿਲ ਹੋ ਗਿਆ, ਕੋਈ ਚੱਲਦਾ ਨਾ ਚਾਰਾ ਏ, ਕੋਈ ਚੱਲਦਾ ਨਾ ਚਾਰਾ ਏ। ਡਾਇਰੈਕਟਰ ਸਾਹਿਬ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਵੈਰੀ ਮੱਚ। ਕਈ ਮਹੀਨਿਆਂ ਦੀ ਮਿਹਨਤ ਤੁਹਾਡੀ ਅੱਜ ਥੀਏਟਰਾਂ ਦੇ ਵਿੱਚ ਆਈ, ਕਿਵੇਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਜੀ, ਲੋਕਾਂ ਨੇ ਜਿਨ੍ਹਾਂ ਨੇ ਵੀ ਫਿਲਮ ਦੇਖੀ ਆ, ਮੈਂ ਬਹੁਤ ਵਾਰੀ ਦੇਖ ਲਈ ਆ, ਮੈਨੂੰ ਬਹੁਤ ਤਸੱਲੀ ਆ ਜੀ ਕਿ ਫਿਲਮ ਵਧੀਆ ਬਣੀ ਆ। ਮੈਂ ਬਹੁਤ ਵੱਡ ਭਾਗਾਂ ਕਿ ਨੀਰੂ ਮੈਡਮ ਦੇ ਪ੍ਰੋਡਕਸ਼ਨ ਥੱਲੇ ਇੱਕ ਹੋਰ ਫਿਲਮ ਕੀਤੀ ਆ, ਅਤੇ ਸੰਤੋਸ਼ ਜੀ ਹੋਰਾਂ ਨਾਲ ਦੁਬਾਰੇ ਉਸ ਟੀਮ ਨਾਲ, ਜਗਦੀਪ ਵੀਰਾ, ਸੰਦੀਪ ਸਰ, ਭਰਤ ਐਡੀਟਰ, ਰਾਜੂ ਸਰ, ਪਰੀਕਸ਼ਿਤ ਜੀ, ਜਿਨ੍ਹਾਂ ਨਾਲ ਮੈਂ ਕੰਮ, ਉਹਨਾਂ ਦੇ ਕੰਮ ਦਾ ਕਾਇਲ ਵੀ ਹਾਂ ਅਤੇ ਉਹਨਾਂ ਨਾਲ ਕੰਮ ਕਰਨਾ ਮੈਨੂੰ ਪਸੰਦ ਵੀ ਬਹੁਤ ਆ। ਅਤੇ ਜਿੰਨਾ ਹੀ ਵੀਰੇ ਨਤੀਜੇ ਜ਼ਰੂਰੀ ਨੇ, ਉਨਾ ਹੀ ਕੰਮ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਜ਼ਰੂਰੀ ਹੁੰਦਾ, ਤਾਂ ਉਹ ਸਾਰਾ ਪ੍ਰੋਸੈਸ 6-7 ਮਹੀਨਿਆਂ ਦਾ ਇਹਨਾਂ ਬੰਦਿਆਂ ਨਾਲ ਕੰਮ ਕੀਤਾ, ਬਹੁਤ ਕੁਝ ਸਿੱਖਿਆ ਅਤੇ ਫਿਲਮ ਦੇ ਰਿਜ਼ਲਟ ਤੋਂ ਮੈਂ ਕਾਫੀ ਖੁਸ਼ ਹਾਂ ਜੀ। ਇਟ ਲੁੱਕਸ ਵੈਰੀ ਗੁੱਡ। ਪੰਜਾਬ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਫਿਲਮ ਹਿੱਟ ਹੋਣੀ ਹੈ ਤਾਂ ਉਹ ਕਮੇਡੀ ਜ਼ਰੂਰੀ ਹੈ, ਜ਼ਿਆਦਾਤਰ ਕਮੇਡੀ ਮੂਵੀਆਂ ਆਉਂਦੀਆਂ ਨੇ। ਤੁਸੀਂ ਨੇ ਇੱਕ ਇੰਨੀ ਇਮੋਸ਼ਨਲ ਮੂਵੀ ਬਣਾਈ ਕਿ ਕੋਈ ਵੀ ਬੰਦਾ ਦੇਖ ਰਹੇ ਸੀ ਅਸੀਂ ਕਿ ਹਰ ਇੱਕ ਬੰਦਾ ਨਾ ਅੱਖਾਂ 'ਚ ਹੰਝੂ ਸੀਗੇ, ਵੀ ਰਿਸਕ ਨਹੀਂ ਲੱਗਿਆ ਕਿਤੇ? ਨਹੀਂ ਜੀ, ਰਿਸਕ ਨਹੀਂ ਹੈ। ਮੈਨੂੰ ਲੱਗਦਾ ਜਗਦੀਪ ਵੀਰੇ ਨੇ ਜਿਵੇਂ ਕਹਾਣੀ ਘੜੀ ਆ, ਕਿਰਦਾਰ ਸਿਰਜੇ ਨੇ, ਉਹ ਦੁਨੀਆ ਸਿਰਜੀ ਆ, ਉਹ ਪੀਰੀਅਡ 'ਚ ਲੈ ਕੇ ਗਏ ਨੇ, ਉਹ ਵੀਰੇ ਨੇ ਕਮਰਸ਼ੀਅਲ ਬਹੁਤ ਜ਼ਿਆਦਾ ਸੈਂਸ ਨਾਲ ਉਹ ਸਾਰੀਆਂ ਚੀਜ਼ਾਂ ਕਰੀਆਂ ਨੇ, ਜਿਵੇਂ ਫਸਟ ਹਾਫ ਮੈਨੂੰ ਲੱਗਦਾ ਇੰਟਾਇਰਲੀ ਕਾਮੇਡੀ ਆ, ਰੋਮਾਂਸ ਆ, ਕੀ ਕਹਿੰਦੇ ਆ, ਵਿਛੋੜਾ, ਮਿਲਣਾ, ਇਮੋਸ਼ਨ ਆ, ਤਾਂ ਐਵਰੀਥਿੰਗ ਇਜ਼ ਵੈਰੀ ਵੈਲ ਬੈਲੈਂਸਡ ਐਜ਼ ਅ ਸਕ੍ਰਿਪਟ। ਉਹ ਕੀ ਕਹਿੰਦੇ ਆ, ਸੰਪੂਰਨ ਆ, ਉਹਦਾ ਸਕਰੀਨ ਪਲੇ ਬਹੁਤ ਜ਼ਿਆਦਾ ਵਧੀਆ, ਨਹੀਂ ਤਾਂ ਕਈ ਵਾਰੀ ਹੁੰਦਾ ਕਿ ਸਕਰੀਨ ਪਲੇ ਸਲੋ ਡਾਊਨ ਹੋ ਜਾਂਦਾ। ਸੋ ਜਿਹੜੀ ਕਹਾਣੀ ਅਨਰੈਵਲ ਕਰਦੀ ਆ ਉਹ ਬਹੁਤ ਇੰਗੇਜਿੰਗ ਆ, ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਉਹ ਬਿਲਕੁਲ ਜਮਾ ਵੀ ਰਿਸਕ ਆ। ਆਈ ਥਿੰਕ ਇਟਸ ਅ ਗ੍ਰੇਟ ਵਾਚ ਫੋਰ ਐਨੀਬਡੀ। ਹੁਣ ਸਟਾਰ ਕਾਸਟ ਨਾਲ ਵੀ ਗੱਲ ਕੀਤੀ, ਉਰੇ ਆਏ ਲੋਕਾਂ ਨਾਲ ਵੀ ਗੱਲ ਕੀਤੀ, ਮੂਵੀ ਨੂੰ ਸਾਰਿਆਂ ਨੇ 10 ਚੋਂ 10 ਸਟਾਰ ਦਿੱਤੇ ਨੇ। ਸਾਨੂੰ ਵੀ ਮੂਵੀ ਬਹੁਤ ਵਧੀਆ ਲੱਗੀ, ਬੜੀ ਇਮੋਸ਼ਨਲ ਮੂਵੀ ਹੈ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਲਦੀ ਆਓਗੇ ਅਤੇ ਥੀਏਟਰਾਂ ਦੇ ਵਿੱਚ ਮੂਵੀ ਨੂੰ ਦੇਖੋਗੇ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਲਾਡੀ ਲਵੀ, PTC ਨਿਊਜ਼, ਚੰਡੀਗੜ੍ਹ।